ਫਗਵਾੜਾ ਦੇ ਅੰਦਰ ਹਰਗੋਬਿੰਦ ਨਗਰ ਦੇ ਅੰਦਰ 11 ਤਰੀਕ ਕਿਤਨਾ ਰੈਲੀ ਹੋ ਰਹੀ ਹੈ ਸਾਰੇ ਪਿੰਡਾਂ ਦੇ ਵਿੱਚੋਂ ਮਹੱਲਿਆਂ ਦੇ ਵਿੱਚੋਂ ਆ ਕੇ ਇਹ ਪ੍ਰਦਰਸ਼ਨੀ ਮੇਲਾ ਲੱਗ ਰਿਹਾ ਹੈ। ਇਹ ਅੱਜ ਰੈਲੀ ਬੜੀ ਜਾਗਰਤ ਹੈ, ਆਉਣ ਵਾਲੀਆਂ ਚੋਣਾਂ ਦੇ ਵਿੱਚ 2024 ਦੇ ਵਿੱਚ ਇੱਕ ਸਿੱਟਾ ਨਿਕਾਲੂਗੀ ਹੁਸ਼ਿਆਰਪੁਰ ਦੇ ਵਿੱਚੋਂ। ਜਾਂ ਭੀਮ ਜਾਂ ਭਾਰਤ, ਪਿੰਡ ਹਰਦਾਸਪੁਰ ਦਾ ਰਹਿਣ ਵਾਲਾ ਹੈ, ਹਰਮੇਸ਼ ਲਾਲ ਮੇਰਾ ਨਾਂ ਹੈ। ਜਾਂ ਭੀਮ ਜੈ ਭਾਰਤ 1988 ਦਾ 40ਵਾਂ ਸਾਲ ਲੱਗ ਰਿਹਾ ਹੈ। ਜੈ ਭੀਮ ਜੈ ਭਾਰਤ। ਸਮਤਾ, ਸਮਾਨਤਾ, ਸੁਤੰਤਰਤਾ ਅਤੇ ਨਿਆਂ 'ਤੇ ਆਧਾਰਿਤ ਸਮਾਜ ਦੀ ਸਥਾਪਨਾ ਲਈ ਸਾਰੀ ਉਮਰ ਜਿੱਦੋ-ਜਹਿਦ ਅਤੇ ਸੰਘਰਸ਼ ਕਰਨ ਵਾਲੇ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ 14 ਅਪ੍ਰੈਲ ਅਤੇ ਬਾਬਾ ਸਾਹਿਬ ਦੇ ਗੁਰੂ ਰਾਸ਼ਟਰ ਪਿਤਾ ਮਹਾਤਮਾ ਜੋਤੀਰਾਮ ਫੂਲੇ ਜੀ ਦਾ ਜਨਮ ਦਿਨ ਅੱਜ 11 ਅਪ੍ਰੈਲ ਨੂੰ, ਇਹਨਾਂ ਦੋਨਾਂ ਮਹਾਂਪੁਰਸ਼ਾਂ ਦੇ ਜਨਮ ਦਿਨ 'ਤੇ ਸ਼ੁੱਭ ਮੌਕੇ 'ਤੇ ਵਿਸ਼ਾਲ ਚੇਤਨਾ ਮਾਰਚ, ਡਾਕਟਰ ਅੰਬੇਡਕਰ ਸੈਨਾ ਮੂਲ ਨਿਵਾਸੀ ਅਤੇ ਹੋਰ ਵੱਖ ਵੱਖ ਮਹੱਲਿਆਂ ਦੀਆਂ ਸ਼੍ਰੀ ਗੁਰਦਾਸ ਸਭਾਵਾਂ, ਡਾਕਟਰ ਅੰਬੇਡਕਰ ਸਭਾਵਾਂ ਦੇ ਸਾਥੀ ਇੱਥੇ ਡਾਕਟਰ ਅੰਬੇਡਕਰ ਪਾਰਕ ਸ਼੍ਰੀ ਗੁਰੂ ਗੋਬਿੰਦ ਨਗਰ ਵਿੱਚ ਪਹੁੰਚੇ ਹੋਏ ਨੇ। ਇੱਥੋਂ ਚੇਤਨਾ ਮਾਰਚ ਲਗਭਗ ਸ਼ੁਰੂ ਹੋਣ ਵਾਲਾ ਹੈ ਅਤੇ ਅੱਜ ਦੇ ਸ਼ੁਭ ਦਿਨ 'ਤੇ ਅਸੀਂ ਸ਼੍ਰੀ ਗੁਰਦਾਸ ਸਭਾ ਅਰਬਨ ਸਟੇਟ ਵੱਲੋਂ ਸਮੂਹ ਇਸ ਚੇਤਨਾ ਬਾਰੇ ਸ਼ਾਮਲ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਉੱਥੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ 14 ਅਪ੍ਰੈਲ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਡਾਕਟਰ ਅੰਬੇਡਕਰ ਭਵਨ ਅਰਬਨ ਸਟੇਟ ਵਿਖੇ ਇੱਕ ਬਹੁਤ ਹੀ ਵੱਡੇ ਪੱਧਰ 'ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਔਰ ਰਾਸ਼ਟਰ ਪਿਤਾ ਜੋਤੀਰਾਮ ਫੂਲੇ ਜਨਮ ਦਿਨ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 150 ਦੇ ਕਰੀਬ 8ਵੀਂ, 10ਵੀਂ ਅਤੇ 12ਵੀਂ ਸਕੂਲ ਦੇ ਵਿਦਿਆਰਥੀ ਜੋ ਆਪਣੇ ਆਪਣੇ ਸਕੂਲਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ 'ਤੇ ਆਏ ਨੇ, ਉਹਨਾਂ ਨੂੰ ਕੈਸ਼ ਪ੍ਰਾਈਜ਼, ਮੈਮੈਂਟੋ, ਸਰਟੀਫਿਕੇਟ ਅਤੇ ਬੁੱਕਸ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅਤੇ ਉਸ ਤੋਂ ਇਲਾਵਾ ਇਹ ਮਹਾਨ ਵਿਦਵਾਨ ਡਾਕਟਰ ਰਾਹੁਲ ਕਰਨਾਸ਼ੀਲ ਜੀ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਉਸ ਤੋਂ ਇਲਾਵਾ ਮਿਸ਼ਰੀ ਕਲਾਕਾਰ ਵੀ ਪਹੁੰਚ ਰਹੇ ਨੇ। ਅਤੇ ਇਸਦੇ ਸਮੂਹ ਇਲਾਕਾ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ 14 ਅਪ੍ਰੈਲ ਨੂੰ ਦਿਨੇ 10 ਵਜੇ ਤੋਂ 2 ਵਜੇ ਤੱਕ ਹੋਣ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਔਰ ਜੋਤੀਰਾਮ ਫੂਲੇ ਜੀ ਦੇ ਜਨਮ ਦਿਨ 'ਤੇ ਅੰਬੇਡਕਰ ਭਵਨ ਅਰਬਨ ਸਟੇਟ ਵਿਖੇ ਅਤੇ 14 ਅਪ੍ਰੈਲ ਨੂੰ ਰਾਤ 7 ਵਜੇ ਇਸੇ ਹੀ ਪਾਰਕ ਵਿੱਚ ਡਾਕਟਰ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਵਿਖੇ ਵੀ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਜੋ ਦੋਨਾਂ ਮਹਾਂਪੁਰਸ਼ਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਵਿੱਚ ਹੁੰਮ ਹਮਾ ਕੇ ਅਤੇ ਬਹੁਤ ਹੀ ਜੋਤਸ਼ਾਹ ਨਾਲ ਪਹੁੰਚਣ ਦੀ ਅਸੀਂ ਅਪੀਲ ਕਰਦੇ ਹਾਂ ਤਾਂ ਕਿ ਅਸੀਂ ਇਹਨਾਂ ਮਹਾਂਪੁਰਸ਼ਾਂ ਦੀ ਜੋ ਸਾਡੇ ਸਮਾਜ ਨੂੰ ਔਰ ਸਮੂਹ ਦੇਸ਼ ਨੂੰ ਦੇਣ ਹੈ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਬਹੁਤ ਬਹੁਤ ਧੰਨਵਾਦ।
ਆ ਜਾਓ ਆ ਜਾਓ। ਜੈ ਕੀ ਜੈ ਭਾਰਤ ਜਿਹੜੀ ਚਰਚਾ ਦੇ ਵਿੱਚ ਪੜੋ ਜੁੜੋ ਸੰਘਰਸ਼ ਕਰੋ ਇਹ ਤਿੰਨ ਗੱਲਾਂ ਸਮਝ ਆ ਗਏ ਨੇ। ਮਾਂ ਭੀਮਾ ਦੇ ਪਿਤਾ ਰਾਮ ਜੀ ਦੀਆਂ ਅੱਖਾਂ ਦਾ ਤਾਰਾ ਸੀ, ਮਾਂ ਭੀਮਾ ਦੇ ਪਿਤਾ ਰਾਮ ਜੀ ਦੀਆਂ ਅੱਖਾਂ ਦਾ ਤਾਰਾ ਸੀ। ਦੱਬੀ ਕੁਚਲੀ ਕੌਮ ਨੂੰ ਜਿਸਨੇ ਦਿੱਤਾ ਅਣ ਸਹਾਰਾ ਸੀ, ਦੱਬੀ ਕੁਚਲੀ ਕੌਮ ਨੂੰ ਜਿਸਨੇ ਦਿੱਤਾ ਅਣ ਸਹਾਰਾ ਸੀ। ਦੇਸ਼ ਕੌਮ ਦੇ ਹਿੱਸੇ ਆਪਣੀ ਸਾਰੀ ਉਮਰ ਲਗਾ ਗਏ ਨੇ, ਪੜੋ ਜੁੜੋ ਸੰਘਰਸ਼ ਕਰੋ ਇਹ ਤਿੰਨ ਗੱਲਾਂ ਸਮਝ ਆ ਗਏ ਨੇ। ਪੜੋ ਜੁੜੋ ਸੰਘਰਸ਼ ਕਰੋ ਇਹ ਤਿੰਨ ਗੱਲਾਂ ਸਮਝ ਆ ਗਏ ਨੇ। ਅੱਜ ਰਾਸ਼ਟਰਪਿਤਾ ਜੋਤੀਰਾਵ ਫੂਲੇ ਜੀ ਦਾ ਜਨਮ ਦਿਨ ਹੈ, 14 ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਹੈ। ਇਹ ਦੋਹਾਂ ਮਹਾਂਪੁਰਸ਼ਾਂ ਨੇ ਦੇਸ਼ ਦੀ ਸਮਾਜਿਕ ਵਿਵਸਥਾ ਨੂੰ ਬਦਲਣ ਲਈ ਲਗਾਤਾਰ ਸੰਘਰਸ਼ ਕੀਤਾ ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਜਿਹੜਾ ਚੇਤਨਾ ਮਾਰਚ ਹੈ ਉਹ ਅੱਜ ਅੰਬੇਡਕਰ ਪਾਰਕ ਫਗਵਾੜਾ ਤੋਂ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ। ਸਭ ਨੂੰ ਦੋਹਾਂ ਮਹਾਂਪੁਰਸ਼ਾਂ ਦੇ ਜਨਮ ਦਿਨ ਦੀ ਵਧਾਈ ਹੋਵੇ।
ਸਾਹਿਬ।